ਸਾਨੂੰ ਸਵੇਰੇ 8:30 ਵਜੇ ਸਲਾਹ ਮਿਲੀ ਸੀ ਵੀ ਇੱਥੇ ਮਨ ਕੰਪਲੈਕਸ ਦੇ ਬਾਹਰ ਪਾਰਕਿੰਗ ਦੇ ਵਿੱਚ ਨਾ ਉਹ ਡੈੱਡ ਬੋਡੀ ਪਈ ਹੈ। ਅਸੀਂ ਮੌਕੇ 'ਤੇ ਆ ਕੇ ਫਿਰ ਦੇਖਿਆ ਵੀ ਇਹ ਨਾ ਕੋਈ ਕਾਲੇ ਨਾਂ ਦਾ ਵਿਅਕਤੀ ਹੈ, ਦਸ ਪੈਲੇਸ ਦੇ ਬਾਹਰ ਜਿਹੜਾ ਚੌਕੀਦਾਰੀ ਕਰਦਾ ਸੀ। ਇਹਦੇ ਕਿਸੇ ਨਾਲ ਪਹਿਲਾਂ ਝਗੜਾ ਹੋਇਆ ਸੀ ਇੱਥੋਂ, ਜੋ ਸਾਨੂੰ ਦੱਸਿਆ ਪਤਾ ਕੀਤਾ ਅਸੀਂ, ਅਤੇ ਉਹ ਜਿਹੜੇ ਬੰਦੇ ਨਾਲ ਝਗੜਾ ਹੋਇਆ ਸੀ ਉਹ ਕੋਈ ਬੰਦਾ ਹੈਗਾ, ਪਤਾ ਕਰਦੇ ਹੈਗੇ ਆ। ਉਹਨੇ ਜਿਹੜਾ ਇਹਦੇ ਸੱਟਾਂ ਮਾਰੀਆਂ ਅਤੇ ਸੱਟਾਂ ਲੱਗਣ ਦੇ ਦੌਰਾਨ ਇਹਦੀ ਰਾਤ ਨੂੰ ਮੌਤ ਹੋ ਗਈ ਹੈ। ਇਹ ਵਕਤ ਹੋਇਆ ਕਿ ਰਾਤ ਦਾ ਤਿੰਨ ਪੌਣੇ ਤਿੰਨ ਵਜੇ ਦੀ ਗੱਲ ਹੈਗੀ ਹੈ। ਅਸੀਂ ਮੌਕੇ 'ਤੇ ਆਏ ਹਾਂ, ਹੁਣ ਅਸੀਂ ਡੈੱਡ ਬੋਡੀ ਜਿਹੜੀ ਹੈ ਚੁੱਕਾ ਕੇ ਹੋਸਪਿਟਲ ਉਠਾ ਦਿੱਤੀ ਹੈ। ਜਿਹੜੇ ਵਾਰਸ ਆ ਗਏ ਨੇ, ਜਿਹੜਾ ਮਰਿਆ ਹੈਗਾ ਅਤੇ ਕਾਲੇ ਦੇ ਵਾਪਸ ਆ ਗਏ, ਅਸੀਂ ਉਹਨਾਂ ਦੇ ਬਿਆਨਾਂ 'ਤੇ FIR ਲੌਂਚ ਕਰਕੇ ਅਗਲੀ ਤੁਰਕੀ ਜਾਣ ਜਾ ਰਹੇ। ਇਹ ਕਿੱਥੇ ਦਾ ਰਹਿਣ ਵਾਲਾ ਸੀ ਸਰ? ਇਹ ਸਰ ਜਿਹੜਾ ਹੈਗਾ ਇਹ ਸਾਨੂੰ ਪਤਾ ਲੱਗਿਆ ਬੱਸੀ ਬਾਵਾ ਖੇਲ ਦੇ ਏਰੀਏ ਦਾ ਰਹਿਣ ਵਾਲਾ। ਕੋਈ CCTV ਫੁਟੇਜ ਵੀ ਸਾਹਮਣੇ ਆਈ? CCTV ਫੁਟੇਜ ਅਸੀਂ ਚੈੱਕ ਕਰ ਰਹੇ ਹੈਗੇ ਹਾਂ ਅਤੇ ਉਹਦੇ 'ਚ ਜੋ ਵੀ ਸਾਹਮਣੇ ਆਏਗਾ ਉਹਨੂੰ ਅਸੀਂ ਸਾਹਮਣੇ ਲਿਆਵਾਂਗੇ। ਠੀਕ ਹੈ ਸਰ।